ਹਲਕਾ ਆਦਮਪੁਰ ਚ ਅਕਾਲੀ ਵਿਧਾਇਕ ਪਵਨ ਕੁਮਾਰ ਟੀਨੂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪਵਨ ਟੀਨੂ ਜਿੱਥੇ ਵੀ ਚੋਣ ਪ੍ਰਚਾਰ ਕਰਨ ਪਹੁੰਚਦੇ ਨੇ ਕਾਂਗਰਸ ਦੀਆਂ ਨੀਤੀਆਂ ਨੂੰ ਕਰੜੇ ਹੱਥੀਂ ਲੈਣਾ ਨਹੀਂ ਭੁੱਲਦੇ। ਟੀਨੂ ਨੇ ਪਿੰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕੀਤਾ। ਉਹਨਾਂ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਂਗੇ। ਆਦਮਪੁਰ 'ਚ ਸਾਰੀਆਂ ਹੀ ਜਿੰਨੀਆਂ ਜ਼ਿਲ੍ਹਾ ਪ੍ਰੀਸ਼ਦ ਆ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਲੋਕ ਬਹੁਤ ਤਕੜੇ ਹੋ ਕੇ ਅਕਾਲੀ ਦਲ ਦਾ ਅਤੇ ਸਾਡੇ ਹਮਾਇਤੀ BSP ਦੇ ਉਮੀਦਵਾਰਾਂ ਦਾ ਮਦਦ ਕਰ ਰਹੇ। ਲੋਕ ਦੇਖਦੇ ਆ ਵੀ 1.5 ਸਾਲ 'ਚ ਕੀਤਾ ਹੀ ਨਹੀਂ ਕੁਛ ਵੀ ਸਰਕਾਰ ਨੇ। ਸਰਕਾਰ ਨੇ ਜਿਹੜਾ ਲੋਕਾਂ ਨਾਲ ਵਾਅਦੇ ਕੀਤੇ ਸੀ ਇੱਕ ਵਾਅਦਾ ਪੂਰਾ ਨਹੀਂ ਕੀਤਾ, ਬਲਕਿ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ 'ਚ ਜੋ ਲੋਕਾਂ ਨੂੰ ਮਿਲਦਾ ਸੀ ਉਹ ਵੀ ਸਾਰਾ ਮੁੱਖ ਮੰਤਰੀ ਜੀ ਨੇ ਕਾਂਗਰਸ ਸਰਕਾਰ ਨੇ ਖਿੱਚ ਲਿਆ। ਲੋਕ ਜਿਹੜੇ ਆ ਇਸ ਸਰਕਾਰ ਨੂੰ ਸਬਕ ਸਿਖਾਉਣ ਦੇ ਪੂਰੇ ਮੂਡ 'ਚ ਅਤੇ ਸਾਡੇ ਸਾਰੇ ਉਮੀਦਵਾਰ ਬਹੁਤ ਚੰਗੇ ਆ, ਸਾਰੇ ਉਮੀਦਵਾਰ ਸੰਮਤੀਆਂ ਦੇ ਜਿੱਤਣਗੇ, ਜ਼ਿਲ੍ਹਾ ਪ੍ਰੀਸ਼ਦ ਦੇ ਜਿੱਤਣਗੇ।